ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਮੇਰੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਹੁਣ ਵੱਧਦੇ ਹਾਂ ਖਬਰਾਂ ਵੱਲ। ਨਵੇਂ ਸਾਲ ਵਿੱਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ ਅਤੇ ਸਾਰੇ ਇੱਕ ਦੂਜੇ ਲਈ ਦੁਆਵਾਂ ਮੰਗ ਰਹੇ ਹਾਂ। ਅੱਜ ਨਵੇਂ ਵਰ੍ਹੇ ਦੇ ਪਹਿਲੇ ਦਿਨ ਸੰਗਤਾਂ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀਆਂ, ਜਿੱਥੇ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਗੁਰੂ ਘਰ ਤੋਂ ਆਸ਼ੀਰਵਾਦ ਲਿਆ। ਆਓ ਤੁਹਾਨੂੰ ਵੀ ਲੈ ਚੱਲਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ। ਅੱਜ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਾਂ ਔਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਪੂਰ ਆਵੇ, ਪੰਜਾਬ ਦੇ ਅੰਦਰ ਸੁੱਖ ਸ਼ਾਂਤੀ ਰਹੇ, ਸਾਡੇ ਦੇਸ਼ ਦੇ ਅੰਦਰ ਸੁੱਖ ਸ਼ਾਂਤੀ ਰਹੇ ਔਰ ਜਿਹੜਾ ਪਿਛਲਾ ਸਮਾਂ ਜਿੰਨਾ ਦੇ ਵਿੱਚ ਅਸੀਂ ਕਸ਼ਟ ਚੱਲਿਆ ਕਰੋਨਾ 'ਚ ਔਰ ਜਿਹੜਾ ਕਿਸਾਨੀ ਸੰਘਰਸ਼ ਜਿਨ੍ਹਾਂ ਦੀਆਂ ਜਾਨਾਂ ਗਈਆਂ, ਪਰਮਾਤਮਾ ਉਹਨਾਂ ਦੇ ਪਰਿਵਾਰਾਂ ਨੂੰ ਤਸੱਲੀ ਬਖਸ਼ੇ, ਉਹਨਾਂ ਦੇ ਪਰਿਵਾਰਾਂ ਦੇ ਮਿਹਰ ਭਰਿਆ ਹੱਥ ਰੱਖੇ ਔਰ ਸੂਰਜ ਦੀ ਕਿਰਨ ਜਿਹੜੀ ਚੜ੍ਹਦੇ ਸੂਰਜ ਦੀ ਕਿਰਨ ਹੈ 2022 ਦੀ ਹਰ ਇੱਕ ਦੇ ਦਿਲ ਦੇ ਅੰਦਰ, ਹਰ ਇੱਕ ਦੇ ਪਰਿਵਾਰ ਦੇ ਅੰਦਰ, ਉਹਦੇ ਵਪਾਰ ਦੇ ਅੰਦਰ ਇੱਕ ਰੋਸ਼ਨਾਈ ਲੈ ਕੇ ਆਵੇ। ਇਹ ਮੇਰੀਆਂ ਸ਼ੁਭਕਾਮਨਾਵਾਂ ਨੇ ਔਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕੀਤੀਆਂ ਨੇ ਕਿ ਸਾਡਾ ਪੰਜਾਬ ਹੱਸਦਾ ਵੱਸਦਾ ਰਹੇ, ਸਾਡਾ ਦੇਸ਼ ਹੱਸਦਾ ਵੱਸਦਾ ਰਹੇ। आज आप यहाँ पर कहाँ से हैं, क्या कहेंगे? मेरा नाम रिंकू है, हम पुणे महाराष्ट्र से आए हैं। हम लोग 31 मनाने के लिए आए हैं, खास गोल्डन टेंपल दर्शन लेने के लिए और भगवान से ये मांगने के लिए कि अगला साल सबके लिए अच्छा है जाए, खुश रहे लोग, हेल्दी रहे बस। और बहुत अच्छा लग रहा है यहाँ के, बहुत लोग एनर्जेटिक है, बहुत खुश है, तो ये सबको देख के हमें भी एनर्जी आ रही है कि अगला साल अच्छा होगा बहुत। अकाली दल छड़ के भाजपा में शामिल हुए मनजिंदर सिंह सिरसा ने अपना दिल्ली गुरुद्वारा प्रबंधक कमेटी तो अस्तीफा वापस ले लिया है ते इससे अकाली दल दे मुख बुलारे डॉक्टर दलजीत सिंह चीमा की प्रतिक्रिया सामने आई है। उन्हें कहा है कि केंद्र सरकार सिखां दे मामले विच दखलअंदाजी कर रही है जिहड़ी कि बर्दाश्त नहीं की जाएगी। उन्होंने कहा कि केंद्र सरकार मनजिंदर सिंह सिरसा का मुड़ कब्जा करवाना चाहती है, जिसनों संगत कदे भी बर्दाश्त नहीं करेगी। ਬੜੇ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਦੀ ਸ਼ਹਿ ਦੇ ਉੱਤੇ ਅੱਜ ਇੱਕ ਵਾਰੀ ਫਿਰ ਦਿੱਲੀ ਕਮੇਟੀ ਉੱਤੇ ਸਰਦਾਰ ਮਨਜਿੰਦਰ ਸਿੰਘ ਸਰਸਾ ਦਾ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ। ਇਹ ਬਹੁਤ ਹੀ ਕੇਂਦਰ ਸਰਕਾਰ ਦੀ ਕੋਝੀ ਹਰਕਤ ਕਿ ਸਰਸਾ ਸਾਹਿਬ ਦਾ ਇੱਕ ਮਹੀਨਾ ਪਹਿਲਾਂ ਦਿੱਤਾ ਹੋਇਆ ਅਸਤੀਫਾ ਵਾਪਸ ਲੈ ਕੇ ਉਨ੍ਹਾਂ ਨੂੰ ਪ੍ਰਧਾਨ ਥਾਪਿਆ ਜਾ ਰਿਹਾ, ਜਦੋਂ ਕਿ ਕਮੇਟੀ ਦੀ ਚੋਣ ਹੋ ਚੁੱਕੀ ਹੈ, ਚੁਣੇ ਹੋਏ ਮੈਂਬਰ ਬਾਹਰ ਬੈਠੇ ਹੋਏ ਆ, ਜਾਣ ਬੁੱਝ ਕੇ ਉਹਨਾਂ ਦੀ ਚੋਣ ਜਿਹੜੀ ਹੈ ਉਹ ਪੂਰੀ ਨਹੀਂ ਮੁਕੰਮਲ ਨਹੀਂ ਹੋਣ ਦਿੱਤੀ ਜਾ ਰਹੀ, ਪ੍ਰਧਾਨ ਦੀ ਚੋਣ ਨਹੀਂ ਹੋਣ ਦਿੱਤੀ ਜਾ ਰਹੀ। ਇਸ ਤਰ੍ਹਾਂ ਦਾ ਸਿੱਧਾ ਸਿੱਧਾ ਦਖਲ ਜਿਹੜਾ ਕੇਂਦਰ ਸਰਕਾਰ ਦਾ ਔਰ ਭਾਰਤੀ ਜਨਤਾ ਪਾਰਟੀ ਦਾ, ਇਹਨੂੰ ਸਿੱਖ ਸੰਗਤ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ। ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਹਾਊਸ ਚੁਣਿਆ ਗਿਆ, ਮੈਂਬਰਾਂ ਦਾ ਅਧਿਕਾਰ ਹੈ, ਉਹ ਜਿਹਨੂੰ ਮਰਜ਼ੀ ਪ੍ਰਧਾਨ ਚੁਣ, ਲੇਕਿਨ ਕਿਸੇ ਵੀ ਤਰੀਕੇ ਸਰਸਾ ਸਾਹਿਬ ਦਾ ਕਬਜ਼ਾ ਨਹੀਂ ਕਰਾਇਆ ਜਾਣਾ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਇੱਕ ਵਾਰੀ ਫਿਰ ਕਿਸਾਨ ਵਿਰੋਧ ਕਰ ਰਹੇ ਹਨ ਤੇ ਮੋਦੀ ਦੀ ਪੰਜਾਬ ਫੇਰੀ ਦੌਰਾਨ ਉਸ ਦਾ ਘਿਰਾਓ ਕੀਤਾ ਜਾਵੇਗਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਿਸਾਨ ਆਗੂ ਸਰਵਣ ਸਿੰਘ ਪਰਦੇਣ ਨੇ ਕੀਤਾ। ਉਹਨਾਂ ਕਿਹਾ ਕਿ ਜਿਨ੍ਹਾਂ ਗੱਲਾਂ ਦੀ ਸਹਿਮਤੀ ਕਰਕੇ ਮੋਦੀ ਸਰਕਾਰ ਨਾਲ ਸਮਝੌਤਾ ਹੋਇਆ ਸੀ, ਉਹ ਹਾਲੇ ਤੱਕ ਪੂਰਾ ਨਹੀਂ ਹੋਇਆ, ਇਸੇ ਕਰਕੇ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਸਾਡੀ ਸੂਬਾ ਕਮੇਟੀ ਦੀ ਮੀਟਿੰਗ ਹੋਈ ਆ ਅੰਮ੍ਰਿਤਸਰ ਚੱਬਾ, ਜਿੱਥੇ ਹੈੱਡਕੁਆਟਰ ਹੈ, ਉੱਥੇ ਜਿਹੜੇ ਫੈਸਲੇ ਕੀਤੇ ਗਏ ਵਿਚਾਰ ਚਰਚਾ ਤੋਂ ਬਾਅਦ, ਵੀ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਅੱਜ ਜਿਹੜਾ 5 ਜਨਵਰੀ ਨੂੰ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਦੌਰਾ ਉਹਨਾਂ ਨੇ ਕਰਨਾ, ਚੋਣਾਂ ਦਾ ਆਗਾਜ਼ ਕਰਨਾ ਵਾ, ਉਹਦਾ ਅਸੀਂ ਵਿਰੋਧ ਕਰਾਂਗੇ। ਉਹਨਾਂ ਦੀ ਰੈਲੀ ਪੰਜਾਬ ਵਿੱਚ ਨਹੀਂ ਹੋਣ ਦਿਆਂਗੇ। ਉਹਦੇ 'ਚ ਮੁੱਖ ਸਾਡੇ ਮਸਲੇ ਹੈਗੇ ਵੀ ਜਿਹੜਾ ਦਿੱਲੀ ਅੰਦੋਲਨ ਖਤਮ ਹੋਇਆ, ਉਹਦੇ 'ਚ ਜਿਹੜੀ ਲੈਟਰ ਕੇਂਦਰ ਸਰਕਾਰ ਨੇ ਸਾਨੂੰ ਭੇਜੀ ਸੀਗੀ ਉਹ ਮੰਨੀਆਂ ਸੀਗੀਆਂ ਜਿਹੜੀਆਂ ਗੱਲਾਂ, MSP ਗਰੰਟੀ ਕਾਨੂੰਨ ਦਿੱਤਾ ਹੀ ਨਹੀਂ ਗਿਆ ਹਾਲੇ ਤੱਕ, ਉਹਦੇ 'ਤੇ ਕੋਈ ਪ੍ਰਗਤੀ ਨਹੀਂ ਹੈਗੀ, ਕੋਈ ਗੱਲ ਹੀ ਨਹੀਂ ਕੀਤੀ ਗਈ। ਦੂਜਾ ਸੀਗਾ ਸਾਰੇ ਦਿੱਲੀ ਸਮੇਤ ਸਾਰੇ ਪੁਲਿਸ ਕੇਸ ਵਾਪਸ ਲੈਣੇ ਸਾਰੇ ਦੇਸ਼ ਦੇ ਵਿੱਚੋਂ ਜਿਹੜੇ ਕਿਸਾਨਾਂ ਮਜ਼ਦੂਰਾਂ 'ਤੇ ਪਾਏ ਆ, ਕੇਸ ਵਾਪਸ ਲੈਣੇ ਤਾਂ ਛੱਡੋ, ਹਰਿਆਣੇ ਦੇ ਵਿੱਚ ਜਿਨ੍ਹਾਂ 'ਤੇ ਕੇਸ ਹੋਏ ਆ ਉਹਨਾਂ ਕਿਸਾਨਾਂ ਨੂੰ ਨੋਟਿਸ ਭੇਜੇ ਜਾ ਰਹੇ, ਸਗੋਂ ਉਲਟੇ ਅਜੇ ਤੱਕ 750 ਤੋਂ ਉੱਪਰ ਸ਼ਹਾਦਤਾਂ ਹੋ ਗਈਆਂ। ਮੋਦੀ ਜੀ ਨੇ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸ਼ਹੀਦ ਨਹੀਂ ਮੰਨਿਆ, ਮੁਆਵਜ਼ਾ ਨਹੀਂ ਦਿੱਤਾ, ਨਾ ਉਹਨਾਂ ਦੀ ਸਮਾਰਕ ਦੀ ਗੱਲ ਸਿਰੇ ਲੱਗੀ ਹੋਈ ਹੋਈ ਆ। ਇਹਦੋਂ ਗਾ ਪ੍ਰਦੂਸ਼ਣ ਐਕਟ ਦੇ ਵਿੱਚੋਂ ਕਿਸਾਨ ਨੂੰ ਕੱਢਣਾ ਸੀ, ਉਹਦਾ ਵੀ ਕਲੀਅਰ ਕੁਛ ਹਜੇ ਤੱਕ ਨਹੀਂ ਕੀਤਾ ਗਿਆ। ਲਖੀਮਪੁਰ ਖੀਰੀ ਵਾਲੀ ਜਿਹੜੀ ਦੁਨੀਆ ਵਿੱਚ ਸਭ ਤੋਂ ਵੱਡੀ ਘਟਨਾ ਹੋਈ ਆ, ਉਹਦੇ ਵਿੱਚ ਜਿਹੜਾ ਸਮਝੌਤਾ ਹੋਇਆ ਸੀਗਾ ਵੀ ਜਿਹੜੇ ਤੁਹਾਡੇ ਕਿਸਾਨ ਆ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਾਂਗੇ। ਅਜੇ ਮਿਸ਼ਰਾ ਜੀ 120B ਦੇ ਕੇਸ ਵਿੱਚ ਹੈਗੇ ਨੇ, ਸਿੱਟ ਦੀ ਰਿਪੋਰਟ ਅਨੁਸਾਰ ਅਜੇ ਮਿਸ਼ਰਾ ਜੀ ਨੇ ਪਲਾਨ ਕਰਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ, ਹਜੇ ਉਹ ਮੰਤਰੀ ਮੰਡਲ 'ਚ ਬੈਠੇ ਹੋਏ ਆ। ਸੋ ਲਖੀਮਪੁਰ ਖੀਰੀ ਵਾਲੇ ਮਸਲੇ 'ਤੇ ਵੀ ਇਨਸਾਫ ਲੈਣ ਵਾਲੀ ਗੱਲ ਜਿਹੜੀ ਆ
वो हले छुट्टी हुई है। तो प्रधानमंत्री जी आउन डेमोक्रेसी में सारयां नूं हक हैगा अपनी रैली करन दा, पहलों इन्हां मंगां दा हल कर देन। जो इन्हां मंगां दा हल नहीं करते हैगे आपां प्रधानमंत्री जी की रैली जिहड़ी आ फिरोजपुर विच नहीं होण देंगे। और जड़ी चन्नी सरकार ना 9 तरीक दा 9 दिन दा रेल रोको चलिया, उदों बाद 28 दसंबर नूं उन्हां नाल मीटिंग हुई आ, उहदे च काफ़ी गल्लां ते सहमति बनी आ, तां उह 4 जनवरी नूं मीटिंग फिर होनी आ। और जे मंगां नूं लागू नहीं किया जाता तो फिर 8 जनवरी नूं जड़ा नवजोत सिंह जी सिद्धू ने, पंजाब दे प्रधान ने, डिप्टी सीएम सुखजिंदर सिंह जी रंधावा ने, उन्हां दे घर समेत पूरे पंजाब दे विच असी MLA ते मंत्रियां दे घरां दे घराओ करांगे। उस मुख मंग हैगी किसानां मजदूरों का कर्जा माफ़ करना, यूथ नूं नौजवानों नूं रुजगार देना, अते होर मन्नियां होईयां शहीद परिवारां नूं नौकरियां देने वाले सवाल तो हाले भी रिड़का बरकरार आ। गन्ने के रेट ते मसला हाले रुकिया होया। सो मंगां नूं जिहड़ियां भरोसा देता, इहदों का सब तो वड्डा बासमती की गड़ेमारी आ, उन्हां दा मुआवजा लैके देना वा, नरमे का मुआवजा बढ़ाउणा वा, खुदकुशी करके परिवारां नूं मुआवजा लैके देना, इहो जिहे मसले हैगे जिन्हां ते असीं पंजाब सरकार दे विरुद्ध जिहड़ा वा मोर्चा 8 जनवरी नूं खोलांगे। नहीं देखो रैली नहीं करन देंगे असी, उहदे विच सरकार पंजाब सरकार आ लैंड आर्डर का मसला उन्हूं चाहीदा वा वी किसानों मजदूरों के हक जाओ रैली की इजाजत नहीं देन, क्यों इजाजत दे रहे रैली करन दी? तो असी पीसफुली तरीके आपकी रैली करांगे, सरकार जबर करूगी उहदा, जबर का मुकाबला सबर ना करांगे, रैली नहीं होण देंगे, अपनी पूरा जोर लावांगे असी। हाँ विशेष रणनीति बनूगी, किसान पूरी तरह विरोध करनगे उहदा, कोई नहीं जी आपां उहदी सारी प्लैनिंग बनावांगे, तुहानूं सारी समां आउण ते सारा पता लग जूगा कि मोदी की रैली असी पंजाब विच नहीं होण देनी। कोई नहीं जे गिरफ़्तार भी होना पिया, कुछ भी अपना कुरबानी देनी पई, तो देश के किसानां मजदूरां वास्ते असी हर कुरबानी लई तैयार हैगे आ। तो इहदे बारे फैसला हाले मोदी आ रहा रैली वास्ते, उहदा विरोध असी शुरू करता वा, जे कोई होर आऊगा उहदा अगली मीटिंग विचार के फैसला कर लांगे। पंजाब प्रदेश कांग्रेस कमेटी प्रधान नवजोत सिंह सिद्धू ने खन्ना विखे राज्यसभा मैंबर शमशेर सिंह दुल्लो नाल बंद कमरा मीटिंग की। दुल्लो लंबे समय तो कांग्रेस तो नाराज चल रहे सन, उन्होंने मनाने की खबर है। दुल्लो जो कि कांग्रेस के सबका प्रधान भी रह चुके हैं, इन्होंने दोवें आगुआ ने मीडिया सामने कुछ कहने तो इनकार कर दिता। सूत्रों के हवाले तो खबर है कि सिद्धू अपना धड़ा मजबूत करन विच लगे हुए हैं। दुल्लो ने सिद्धू नाल मुलाकात बारे कुछ नहीं बोलिया। उन्होंने नवे साल की आमद उपर परमात्मा अगे सरबत का भला मंगते हुए सियासी उथल पुथल का जिक्र भी किया। दुल्लो साहब ठीक कहना चाहते सर? देखो 21 साल का आखिरी दिन है और जे 21 के बहुत जिते सियासी उथल पुथल हुई है उत्ते मैं कहूँगा कि परमेश्वर वालों जरा करोना का समा आया है और उस संकट की घड़ी च मैं कह सकता सारिया गरीब खास तौर पर मैडिकल एड वाले या जे करोना के करोना वारियर जिन्होंने कहने उसे डॉक्टर आ जाते हैं, नर्स आ जाती हैं और साधारण समाज सेवी संस्थाव आ जाती हैं, रिलीजियस लोगों का भी बड़ा हक, संस्थावां का बहुत बड़ा अच्छा रोल रहा है। यानी मुकाबला जिते सरकार ने किया उसे समाजिक संस्थावां ने भी किया, उन्होंने भी इस गल की शुभकामनावां दिंदा और परमात्मा करे भी 22 का साल जिहड़ा है वो साढ़े ते मिल रहे पंजाब ते भी रहे हिंदुस्तान ते। और ओमिक्रोन का जिहड़ा डर है क्योंकि कुदरत भी मैं समझदा जिहड़े कुछ केसिस आए ने है दिनां दे विच परमात्मा कृपा करे रहम करे सुख शांति ना इह भी समां जिस तरह करोना निकले कड़े निकल जाए और मैं तां इह शुभ कामना करदा। बाकी पंजाब ते हिंदुस्तान दे विच भी पंजाब दे विच खास तौर ते आपसी भाईचारा बनिया रहे और आपसी प्रेम बनिया रहे। देश दे विच जिहड़ियां धार्मिक संस्थावां ने बजाय उतों क्योंकि परमात्मा का चाहे बाइबल पढ़ लो, चाहे कुरान पढ़ लो, चाहे गुरु ग्रंथ साहब पढ़ लो, चाहे गीता पढ़ लो, वो मानवता का संदेश है। उत्थे ना जात पात है ना कोई धर्म की बखरे में, यह सिर्फ
उन्होंने मनने वाले ने या जो कट्टरपंथी लोग ने वो धर्म दल को बदनाम कर दें। परमात्मा सुख बरसे उन्होंने समर्थ दे धार्मिक कट्टरता छड़ के इंसानियत की गल कर रूहानियत की गल कर और 22 का साल मैं कामना करना जिते मैं बधाई दिना सारे उत्थे देशवासियों गुरु महाराज अगे यही अरदास करते हैं कि आपसी भाईचारा बना रहे साडा जिहड़ा देश है संकट के विच है। मानसा विच कांग्रेस पार्टी वालों सिद्धू मूसेवाला नूं चोण मैदान विच उतारन दे विरोध विच साबका मंत्री शेर सिंह गागोवाल दे परिवार ने सिद्धू मूसेवाले दे खिलाफ विरोध करन दा ऐलान कीता। पार्टी वर्करां ने कहा है कि सानू 5911 नहीं पार्टी दा वर्कर चाहीदा, जेकर कांग्रेस पार्टी सिद्धू मूसेवाले नूं टिकट देवेगी तां कांग्रेसी अते गागोवाल परिवार सिद्धू मूसेवाले दा विरोध करनगे। वर्कर की मीटिंग बुलाई सी, रैली बुलाई सी, बहुत वधिया गल है। साडे अपने जिहड़े इलैक्शन लड़ चुके स्वर्गीय शेर सिंह गागोवाल जी, उन्होंने नौ जिहड़े कि इलैक्शन लड़े ने, इत्थे उन्होंने पोता माइकल गागोवाल जी, तो समुची कांग्रेस वर्कर की इत्थे अज इकट्ठ होया सी। असीं इह पहला इकट्ठ असीं पैलेस दे विच भी कीता सी कुछ दिन पहला कि एक वर्कर मीटिंग बुलाईए, क्योंकि जो आप कोई भी कोई पार्टी का वर्कर मीटिंग बुलाने हैं वर्करों के जोश हों, क्योंकि विधानसभा चोणां सिरते ने, इलैक्शनां दा दौर हैगा, तो वर्करां नूं तुशास करना साडा फर्ज बनता जे असीं पार्टी दे नाल खड़े हैं। तो देखो पार्टी से शमूलीयत की सिद्धू मूसेवाले जी ने, असीं उन्हां दा स्वागत करते हैं। पार्टी नूं लोड़ हुंदी है सैलीब्रिटियां नूं लिआउण दी, लेकिन सरकार है साडी पंजाब दे अंदर, उन्हां नूं सरकार चाहे कितना ना कितने एडजस्ट कर सकती है, पार्टी दे अंदर बड़ा वड्डा मौका दे सकती है उन्हां एडजस्ट करन, उन्हां दा फायदा लैण, चाहे वह आपकी चोण मेरे ख्याल के किसी होर भी बड़े लीडर दिग्गज जो अपने जो कांग्रेस के खिलाफ इलैक्शन लड़ रहे हैं उन्होंने दिग्गज लीडर के खिलाफ इलैक्शन लड़ा, सानू उन्हों का फायदा लेना चाहिए। असं स्वागत करते हैं सिद्धू मूसेवाले का भी, अगर कांग्रेस पार्टी उन्होंने ज्वाइन की है। देखो फिर असं फैसला वर्करा छड़ा, फिर इस तरह का एक इकट्ठ करा वर्करा का, जो वर्कर फैसला करे। वैसे सानू लगता साडी हाईकमांड पार्टी की समुची राहुल गांधी सोनिया गांधी जी तो पंजाब के मुख्यमंत्री चन्नी जी, पंजाब के प्रधान सिद्धू साहब, तो हरीश चौधरी जी जिहड़े इंचार्ज ने, कृष्ण एवलर जी, सानू लगता भी ऐसी कोई गल नहीं होगी, असी कांग्रेस का ही इतों कैंडीडेट आऊगा, जिन्ने भी कांग्रेस कै अपने कैंडीडेट आऊगा असं कांग्रेस के कैंडीडेट में जितावे। बाकी जे पार्टी कोई इस तरह का सानू थोपती है, क्योंकि इस गल का आप 2002 की गल है जो इतने CPI नाल सारी पार्टी ने कहा भी समझौता ना करो, तो उन्होंने साडे सिर ते फिर थोपता सीगा, फिर हल्के वाले लोगों ने फैसला करता, फैसला कर देंगे, फिर असं की परवाह समझते हैं, जो तो लोग साढ़े नाल ने असं इस गल नूं कोई परवाह नहीं समझते। अज साडे जी कांग्रेस पार्टी के मानसा के सारे असं अज वर्कर साहबान इकट्ठे हुए हैं, कांग्रेस पार्टी के वर्कर साढ़े एक परिवार की तरह असं पिछले कई सालों तो साढ़े परिवार में विच रहे हैं। अज असं 2022 इलैक्शन वास्ते अज असं इत्थे इकट्ठे हुए सीगे। कांग्रेसी वर्करां दी कोई बेनती हाईकमांड नूं भी जो कि टिकट सर्वे हिसाब नाल कांग्रेस पार्टी कह रही है, हाईकमांड भी ने भी दस्या भी सर्वे हिसाब नाल असीं टिकटां देवांगे। साडी कोई एक बेनती है भी बंदा साडा लोकल ते एक हाईकमांड ते हुक्मां सदका साडे किहड़े सर्वे हिसाब नाल सानूं टिकटां दित्तियां हन, जिहड़ा भी सर्वे हिसाब नाल उपर आउंदा उहनूं टिकट दित्ती। अगर जी कोई बंदा बाहरों आया ते बंदा कोई बाहरली पार्टी दे विच आया ते जां ना कि साडे लोकल ना होया ते वर्करां दे नाल ना विचरिया होया, जिवें सानूं वर्कर फैसला करनगे असीं उस तरह अगे कदम चुकांगे, सानूं समें आउण ते सानूं दस्स। मकसद साडा इह है जी भी साडी हर बार टिकट होर किसे दे मतलब हिस्से जांदी है, तां असीं हाईकमांड नूं बेनती करदे हां भी साडी टिकट साडे गागोवाल परिवार नूं चाहीदी है, सानूं कोई 911 नहीं चाहीदा, जे कोई 911 भेजिया असीं धूआं मरवा देंगे, पवा के देखो आशे नाल टोचन, जे ना धूआं मरवाता तां ਇਹਦੇ ਪਿੰਡੋਂ ਖੁਦਕੁਸ਼ੀਆਂ ਹੁੰਦੀਆਂ ਨੇ, ਇਹਦੇ ਪਿੰਡੋਂ ਅੱਜ ਅਸੀਂ ਕੋਈ ਬੁਲਾਈਆਂ ਨਹੀਂ ਸੀ, ਆਪ ਆਪਦੇ ਕਿਰਾਏ 'ਤੇ ਬੱਸਾਂ ਭਰ ਕੇ ਮੂਸੇ ਪਿੰਡ ਤੋਂ ਆਈਆਂ ਨੇ, 3 ਬੱਸਾਂ ਭਰ ਕੇ, ਜੇ ਇੰਨਾ ਚੰਗਾ ਹੁੰਦਾ ਪਿੰਡ ਦਾ ਸਰਪੰਚ ਹੈ ਉੱਥੇ ਕਰ ਲਏ ਜਿਹੜਾ ਕੁਛ ਕਰਨਾ, ਇਸ ਕਰਕੇ ਅਸੀਂ ਹਾਈਕਮਾਂਡ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਇਤਿਹਾਸ ਦਰੋਣ 'ਤੇ ਮਜਬੂਰ ਨਾ ਕਰਿਓ, ਜੇ ਹਾਈਕਮਾਂਡ ਨੂੰ ਅਸੀਂ ਦੱਸ ਦਈਏ ਕਿ 1980 ਵਾਲਾ ਤਰਲੋਚਨ ਸਿੰਘ ਰਿਆਸਤੀ ਦਾ ਇਤਿਹਾਸ ਪੜ੍ਹ ਲੈਣ, 2002 ਵਾਲਾ ਗਾਗੋਵਾਲ ਸਾਹਿਬ ਦਾ ਇਤਿਹਾਸ ਪੜ੍ਹ ਲੈਣ, ਠੀਕ ਹੈ। ਅਸੀਂ ਹਾਈਕਮਾਂਡ ਨੂੰ ਸਖ਼ਤ ਚੇਤਾਵਨੀ ਦਿੰਦੇ ਹਾਂ ਵੀ ਜਾਂ ਤਾਂ ਗਾਗੋਵਾਲ ਪਰਿਵਾਰ ਨੂੰ ਟਿਕਟ ਦੇ ਦਿਓ, ਨਹੀਂ ਅਸੀਂ ਇੱਥੇ ਧੂਆਂ ਮਰਵਾ ਦਾਂਗੇ 911 ਦਾ, ਫਿਰ ਨਾ ਆਖਿਓ ਦੱਸਿਆ ਨਹੀਂ। ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਪੰਜਾਬ ਦੇ ਨੌਜਵਾਨ ਸ਼ਹੀਦ ਹੋ ਗਏ ਸਨ, ਉਹਨਾਂ ਵਿੱਚੋਂ ਇੱਕ ਜਵਾਨ ਖਡੂਰ ਸਾਹਿਬ ਨਾਲ ਸੰਬੰਧ ਰੱਖਦਾ ਸੀ। ਸ਼ਹੀਦ ਜਸਵੀਰ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ਵਾਲਿਆਂ ਨਾਲ ਜਸਵੀਰ ਸਿੰਘ ਦੀ ਸ਼ਹਾਦਤ 'ਤੇ ਮਾਣ ਹੈ। ਅੱਜ ਸਰਕਾਰੀ ਸਨਮਾਨਾਂ ਦੇ ਨਾਲ ਸ਼ਹੀਦ ਜਸਵੀਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਹਰ ਅੱਖ ਨਮ ਸੀ।
रात फोन किया मेनों रोटियां पकाउन लगे ओदन दी गल मेरे ना मेरे वीर दी हुई की कहंदा सी ਮੈਨੂੰ ਆਂਦਾ ਮੰਮੀ ਕੀ ਕਰਨਾ ਈ ਮੈਂ ਰੋਟੀਆਂ ਪੱਤ ਬਣਾਉਣ ਡਈ ਆ ਆਂਦਾ ਖਾ ਲਈ ਰੋਟੀ ਤੁਸੀਂ ਹੋਏ ਮੈਂ ਜੇ ਮੈਂ ਪਕਾਉਣ ਡਈ ਆ ਮੇਰਾ ਪੁੱਤ ਆਂਦਾ ਮੰਮੀ ਮੈਂ ਪਤਾ ਮੇਰੇ ਕੋਲ ਕੰਮ ਨਹੀਂ ਹੁੰਦਾ ਤੂੰ ਆਪਣਾ ਵਿਆਹ ਕਰਾ ਲਾ ਨਹੀਂ ਮੇਥੋਂ ਕੰਮ ਹੁੰਦਾ ਮੈਨੂੰ ਆਂਦਾ ਮੰਮੀ ਤੂੰ ਸ਼ੇਰਨੀ ਮਾਂ ਬਣ ਜਾ ਤੂੰ ਸ਼ੇਰਨੀ ਬਣ ਜਾ ਤੇਤੋਂ ਤੇ ਬੜੀਆਂ ਬੜੀਆਂ ਤੁਰੀਆਂ ਫਿਰਦੀਆਂ ਮੈਂ ਮੇਰੇ ਪ੍ਰਸ਼ਨ ਹੋਏ ਪੁੱਤ ਮੇਰੇ ਕੋਲ ਨਹੀਂ ਫਿਰਿਆ ਜਾਂਦਾ ਪਤਾ ਨਹੀਂ ਮੇਰੇ ਪੁੱਤ ਨੇ ਮੈਨੂੰ ਛੱਡ ਕੇ ਚਲ ਜਾਣਾ ਆਂਦਾ ਮੈਨੂੰ ਤੂੰ ਛੁੱਟੀ ਮਹੀਨੇ ਦੀ ਲੈ ਆਉਣਾ ਵਾ ਮੇਰਾ ਜੀ ਕਰਦਾ ਤੁਹਾਨੂੰ ਵੇਖਣ ਨੂੰ ਮੈਂ ਡੱਕ ਦਿੱਤਾ ਮੈਂ ਕੋਈ ਗੱਲ ਨੀ ਪੁੱਤ ਆਵੇਂਗਾ ਤੇਰਾ ਵਿਆਹ ਕਰਾਂਗੇ ਫਿਰ ਆ ਜੀ ਦੋ ਮਹੀਨੇ ਮੈਨੂੰ ਆਂਦਾ ਕਿਹੜੇ ਮਹੀਨੇ ਚ ਆਵਾਂ ਮੈਂ ਚਲੋ ਇਸ ਮਹੀਨੇ ਦਾ ਤੇਰਾ ਜਨਮ ਆ ਫੱਗਣ ਦੇ ਵਿੱਚ ਜਨਮਾਂ ਚ ਇਹ ਤੇ ਚਾਹ ਜੀ ਮੈਨੂੰ ਪਤਾ ਨਹੀਂ ਮੇਰੇ ਪੁੱਤ ਨੇ ਮੈਨੂੰ ਧੋਖਾ ਦੇ ਜਾਣਾ ਹੈ ਸਗੋਂ ਮੇਰੇ ਘਰ ਦੇ ਲਾਂਡੇ ਪੈਂਦੇ ਤੂੰ ਮੇਰਾ ਕਿੰਨਾ ਕੁ ਜੀ ਕੀਤਾ ਉਹਨੂੰ ਤੂੰ ਕਿਉਂ ਡੱਕ ਦਿੱਤਾ ਮੈਂ ਤੇ ਕਹਿ ਬੈਠੀ ਮੈਂ ਕੋਈ ਨੀ ਮੈਂ ਦੇਣਾ ਮੇਰੇ ਪੁੱਤ ਨੇ ਆਖਿਆ ਤਗੜੀ ਹੋ ਜਾ ਮੰਮੀ ਸ਼ੇਰਨੀ 1000 ਰੁਪਏ ਦੇ ਲੈਣ ਦੇਣ ਦੇ ਪਿੱਛੇ ਕਸਬਾ ਕਮਾਣ ਵਿਖੇ 22 ਸਾਲਾ ਨੌਜਵਾਨ ਅਜੇ ਕੁਮਾਰ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀ ਮੁਤਾਬਿਕ ਅਜੇ ਕੁਮਾਰ ਜੋ ਕਿ ਪਿੰਡ ਵਿੱਲਾ ਬੱਜੂ ਦਾ ਰਹਿਣ ਵਾਲਾ ਸੀ ਅਤੇ ਉਸਨੇ ਕਮਾਣ ਦੇ ਰਹਿਣ ਵਾਲੇ ਸਾਹਿਲ ਕੋਲੋਂ 1000 ਰੁਪਏ ਲੈਣੇ ਸਨ ਅਤੇ ਸਾਹਿਲ ਨੇ ਉਸਨੂੰ ਉਸਦੇ ਰੁਪਏ ਦੇਣ ਲਈ ਕਮਾਣ ਬੁਲਾ ਲਿਆ। ਕਮਾਣ ਦੇ ਸਤਸੰਗ ਘਰ ਦੇ ਨਜ਼ਦੀਕ ਇਹਨਾਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਸਾਹਿਲ ਅਤੇ ਉਸਦੇ ਭਰਾ ਨੇ ਚਾਕੂ ਮਾਰ ਕੇ ਅਜੇ ਦਾ ਕਤਲ ਕਰ ਦਿੱਤਾ। ਘਟਨਾ ਨੂੰ ਦੇਖਦੇ ਹੋਏ ਬਿਆਨਾਂ ਦੇ ਆਧਾਰ ਤੇ ਸਾਹਿਲ ਅਤੇ ਉਸਦੇ ਭਰਾ ਤੇ IPC ਧਾਰਾ 302 ਦੇ ਤਹਿਤ ਕਤਲ ਦਾ ਕੇਸ ਦਰਜ ਕੀਤਾ ਹੈ ਤੇ ਫਰਾਰ ਕਾਤਲਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੈਂ ਇੰਸਪੈਕਟਰ ਜਸਪਾਲ ਜੀ SHO ਚੁੱਕਮਾਨ ਅੱਜ ਸਾਡੇ ਕੋਲ ਇਨਫੋਰਮੇਸ਼ਨ ਆਈ ਵੀ ਇੱਥੇ ਸਤਸੰਗ ਘਰ ਆ ਰਾਜ ਸਵਾਮੀ ਦਾ ਉਹਦੇ ਲੈ ਕੇ ਕੋਈ ਝਗੜਾ ਹੋਇਆ। ਉਹ ਪਤਾ ਕੀਤਾ ਉਹ ਇੱਕ ਅਜੇ ਕੁਮਾਰ ਦਾ ਨਾਂ ਦਾ ਮੁੰਡਾ ਹੈ। ਉਹਨੇ 1000 ਰੁਪਈਆ ਲੈਣਾ ਸੀ ਇੱਥੋਂ ਸਾਹਿਲ ਨਾਂ ਦੇ ਮੁੰਡੇ ਕੋਲੋਂ ਘੁਮਾਣਾ ਤੋਂ। ਉਹਨੇ ਬੁਲਾਇਆ ਵੀ ਪੈਸੇ ਲੈ ਜਾ ਤਾਂ ਹੁਣ ਤੱਕ ਦੀ ਇਨਫੋਰਮੇਸ਼ਨ ਮੁਤਾਬਕ ਉਹ ਆਪਣੇ ਪੈਸੇ ਲੈਣ ਆਇਆ ਸੀ ਤਾਂ ਉਹਨਾਂ ਦੀ ਕਿਸੇ ਗੱਲ ਤੋਂ ਕਿਤੇ ਕਿਤੇ ਹੋ ਗਈ ਤਾਂ ਉਹ ਸਾਹਿਲ ਨੇ ਅਤੇ ਨਾਲ ਉਹਦਾ ਭਰਾ ਸੀ ਦੂਜਾ ਉਹਨਾਂ ਨੇ ਇਹਦੇ ਅਜੇ ਕੁਮਾਰ ਦੇ ਚਾਕੂ ਮਾਰਤਾ ਅਤੇ ਇਹਨੂੰ ਹੋਸਪਿਟਲ ਲੈ ਕੇ ਆਏ। ਪਹਿਲੋਂ ਕੁਮਾਨ ਲੈ ਕੇ ਗਏ ਸੀ ਉੱਥੋਂ ਉਹਨਾਂ ਰੈਫਰ ਸਿਵਲ ਹੋਸਪਿਟਲ ਬਟਾਲੇ ਦਾ ਕਰਤਾ ਅਤੇ ਇੱਥੇ ਆ ਕੇ ਉਹਦੀ ਡੈਥ ਹੋ ਗਈ। ਇਹਦੀ ਕਰੀਬ ਕਲੀਅਰ ਤਾਂ ਨਹੀਂ ਪਤਾ 22-23 ਸਾਲ ਦਾ ਲੱਗਦਾ ਹੈ। ਉਹ ਕੋਈ ਉਹਦੇ ਆਉਂਦੇ ਨਾ ਪੇਰੈਂਟਸ ਆਉਂਦੇ ਫਿਰ ਕਰਦੇ ਪਤਾ ਕੀ ਮਾਰਨ ਵਾਲੇ ਜਿਹੜੇ ਇਹਦੀ ਮਰਨ ਵਾਲੇ ਦੀ ਮਾਸੀ ਹੈ ਉਹ ਮਾਰਨ ਵਾਲੇ ਦੀ ਚਾਚੀ ਲੱਗਦੀ ਆ। ਕਿੰਨੇ ਕੁ ਵਾਰ ਹੋਏ ਇਹ ਦੇਖੋ ਜੀ ਦੇਖੀ ਆ ਬੋਡੀ ਦੇਖੀ ਆ 2 ਵਾਰ ਲੱਗਦੇ ਆ ਅਤੇ ਪੇਟ 'ਤੇ ਲੱਗੇ। ਦੇਖੋ ਅਸੀਂ ਦੇਖੋ ਕਾਰਵਾਈ ਜੋ ਬਣਦੀ ਆ ਮਰਡਰ ਤਾਂ ਮਰਡਰ ਹੀ ਆ। ਕਤਲ ਕਿਹੜੀ ਜਗ੍ਹਾ 'ਤੇ ਆਏ ਜੀ? ਇਹ ਕਮਾਨ ਕਮਾਨ ਸਾਸਨ ਘਰ ਦੇ ਲੱਗੇ। ਹਾਂਜੀ ਇਹ ਵਿੱਲਾ ਬੱਜੂ ਦਾ ਵਿੱਲਾ ਬੱਜੂ ਪਿੰਡ ਨਾਲ ਕਮਾਨ ਦੇ ਉੱਥੋਂ ਦਾ। 2022 ਨਵੇਂ ਸਾਲ ਦੀ ਆਮਦ ਤੇ ਗੁਰੂ ਘਰਾਂ ਦੇ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਰਹੀਆਂ ਨੇ। ਇਸ ਦੇ ਚਲਦਿਆਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ। ਇਸ ਮੌਕੇ ਸੰਗਤਾਂ ਦੇ ਵੱਲੋਂ ਨਵੇਂ ਸਾਲ ਦੀ ਖੁਸ਼ੀ ਦੀ ਆਮਦ ਵਿੱਚ ਜਲੇਬੀਆਂ ਦੇ ਲੰਗਰ ਵੀ ਲਗਾਏ ਗਏ। ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਨੇ ਨਵੇਂ ਸਾਲ ਦੇ ਲਈ ਕੀ ਅਰਦਾਸ ਕੀਤੀ? ਲਓ ਤੁਸੀਂ ਖੁਦ ਹੀ ਸੰਗਤਾਂ ਦੀ ਜ਼ੁਬਾਨੀ ਸੁਣੋ। ਕਿਹੜੀ ਜਗ੍ਹਾ ਤੋਂ? ਮੇਰਾ ਭਾਜੀ ਸੁਰਿੰਦਰ ਸਿੰਘ ਭਾਟੀਆ, ਮੈਂ ਰੋਪੜ ਤੋਂ ਹੈਗਾ ਮੇਰੇ ਵੀਰ। ਅੱਛਾ, ਅੱਜ ਨਵੇਂ ਸਾਲ ਤੇ ਨਤਮਸਤਕ ਹੋਣ ਪਹੁੰਚੇ ਗੁਰੂ ਘਰ ਦੇ ਵਿੱਚ, ਕੀ ਅਰਦਾਸ ਕਰਨ ਪਹੁੰਚੇ ਹੋ, ਕੀ ਮੰਗ ਕਰਦੇ ਹੋ ਨਵੇਂ ਸਾਲ ਨੂੰ ਲੈ ਕੇ? ਮੇਰੇ ਵੀਰ, ਸਭ ਤੋਂ ਪਹਿਲੇ ਤਾਂ ਆਪ ਸਭ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ ਹੋਏ। ਦੂਸਰੀ, ਗੁਰੂ ਮਹਾਰਾਜ ਅੱਗੇ ਅਸੀਂ ਇਹੀ ਅਰਦਾਸ ਕਰਨਾ ਹੈ ਕਿ ਇੱਥੇ ਜਿਹੜਾ ਬਿਮਾਰੀ ਦਾ ਪੂਰੀ ਦੁਨੀਆ 'ਚ ਫੈਲਿਆ ਹੋਇਆ ਕਰੋਨਾ ਵਾਇਰਸ, ਇਹ ਗੁਰੂ ਮਹਾਰਾਜ ਇਹਨੂੰ ਖਤਮ ਕਰੇ ਅਤੇ ਸਾਰੇ ਲੋਕ ਆਪਣੇ ਕਾਰੋਬਾਰ ਆਪਣੇ ਸਿਸਟਮ 'ਚ ਪੂਰਾ ਲੈਣ ਸਿਰ ਆ ਜਾਣ, ਇਹ ਸਾਡੇ ਗੁਰੂ ਮਹਾਰਾਜ ਅੱਗੇ ਅਰਦਾਸ ਹੈ। ਪਿਛਲੇ ਸਾਲ ਦੀਆਂ ਕਿਹੜੀਆਂ ਮਾੜੀਆਂ ਯਾਦਾਂ ਜਿਹੜੀਆਂ ਰਹੀਆਂ ਦਿਮਾਗ ਦੇ ਵਿੱਚ? ਭਾਜੀ, ਪਿਛਲੇ ਸਾਲ ਦੀ ਸਭ ਤੋਂ ਮਾੜੀ ਯਾਦ ਆ ਸਾਡੇ ਜਿਹੜੇ 800 ਭਰਾ ਜਿਹੜੇ ਕਿਸਾਨ ਏਕਤਾ ਮੋਰਚਾ ਮਜ਼ਦੂਰ ਲੱਗਿਆ ਸੀ ਸਿੰਘੂ ਬਾਰਡਰ 'ਤੇ, ਗਾਜੀਪੁਰ ਬਾਰਡਰ 'ਤੇ, ਜਿਹੜੇ ਸਾਡੇ ਭਰਾ ਸ਼ਹੀਦ ਹੋ ਗਏ। ਕੋਈ ਸਭ ਤੋਂ ਵੱਧ ਭਾੜੀ ਘਟਨਾ ਸੀ ਜਿਹੜੀ ਗੁਰੂ ਮਹਾਰਾਜ ਅੱਗੇ ਅਰਦਾਸ ਹੈ ਕਿ ਦੁਬਾਰਾ ਕਦੀ ਇੱਦਾਂ ਦੀ ਘਟਨਾ ਨਾ ਹੋਏ ਕਿ ਸਾਡੇ ਵੀਰ ਸਾਨੂੰ ਛੋੜ ਕੇ ਚਲੇ ਗਏ। ਹਾਂਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਾਬਾ ਜੀ ਆਏ ਰਮਦਾਸ ਲਾਗੇ, ਪਿੰਡ ਜਸੜਿਆ, ਤਹਿਸੀਲ ਹੈ ਜੀ ਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਇਹ ਨਵੇਂ ਸਾਲ ਦੇ ਉੱਤੇ ਨਤਮਸਤਕ ਹੋਏ ਗੁਰੂ ਘਰ ਦੇ ਅਤੇ ਕੀ ਅਰਦਾਸ ਕੀਤੀ ਹੈ, ਕਿਸ ਤਰ੍ਹਾਂ ਦਾ ਸਾਲ ਹੋਣਾ ਚਾਹੀਦਾ, ਕੀ ਜਿਹੜੀਆਂ ਮੰਗ ਕੀਤੀ ਅੱਜ ਬਾਬਾ ਮਹਾਰਾਜ ਜੀ? ਮਹਾਰਾਜ ਗੜੀ ਇਹੋ ਮੰਗ ਕੀਤੀ ਆ ਵੀ ਵਧੀਆ ਸਾਲ ਲੰਘੇ, ਵਧੀਆ ਸਮਾਂ ਲੰਘੇ ਲੋਕਾਂ ਵਾਸਤੇ, ਪੰਜਾਬ 'ਚ
शांति मिले। हाँ जी पिछले साल अर्गा ना हो बहुत किसानों ने शरीर होया है तो इस करके इन्हें महाराज गां सच्चे पातशाह कृपा करे। बस महाराज के चरणों में अरदास की है जी 2022 चढ़दियाँ कला वाला होए संपूर्ण सिख जगत में चढ़दियाँ कला में रखे। पिछले साल में करोना का बहुत प्रकोप रहा जी तो महाराज हुण तंदुरुस्तियां वाला लियाए जी अगों करोना की महामारी तो सारे परिवारों को दूर रखे जी महाराज चढ़ती कला बख्शे। हाँ जी गुरप्रीत सिंह जी अपना रोपड़ तो जी पिंड रसूलपुर जी तो अज गुरु घर आए हो पहले दिन की अरदास की किस तरह बस अरदास यही करते हैं कि परमात्मा हर साल इस तरह भी नवा साल भी अपना खुशियां भागा भरा हो जी। नवचेतना वैलफेयर ट्रस्ट वालों साल 2022 का कैलेंडर ट्रस्ट के चेयरमैन डॉक्टर रघबीर सिंह बंगड़ की हाजरी में रिलीज़ किया गया। इस मौके ट्रस्टी मैंबर अमरिंदर सिंह अमर बलवंत सिंह दर्शन सिंह बिरदी सरबजोत सिंह सोढ़ी गुरप्रीत सिंह सांगा भी मौजूद सन। चेयरमैन डॉक्टर बंगड़ ने दसिया कि इस कैलेंडर की खासियत यह है कि इस विच ट्रस्ट वालों आने वाले साल में कीतियां जाने वाली सारिया गतिविधियां पहलां तो लिख दित्तियां गईयां हन तां जो सारा साल ट्रस्ट वालों समाज सेवी कमां विच वध चढ़ के हिस्सा पाया जा सके। नवे साल दे माता वैष्णो देवी भवन विच मची भगदड़ करके 12 श्रद्धालुओं की मौत हो गई जदों के 13 जख्मी हो गए। पीएम मोदी ने इस घटना ते दुख भी जताया है अते मुआवजा देने का ऐलान भी किया है। उत्थे ही जांच दे हुकम भी दे दिते गए हैं। जिक्र है कि शुरुआती रिपोर्टां दे अनुसार एक बहस हुई जिस दे नतीजे वजों लोगों ने एक दूसरे को धक्का दिता जिस तों बाद भगदड़ मच गई। इस हादसे ते राष्ट्रपति वालों भी दुख का प्रगटावा ਕੀਤਾ ਗਿਆ। ਫਿਲਮੀ ਪਰਦੇ ਤੋਂ ਇਲਾਵਾ ਟੈਲੀਵਿਜ਼ਨ ਉੱਪਰ ਲੜੀਵਾਰ ਨਾਟਕਾਂ ਵਿੱਚ ਆਪਣੀ ਅਦਾਕਾਰੀ ਦੇ ਜ਼ੋਹਰ ਦਿਖਾਉਣ ਵਾਲੀ ਤੇ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਨ ਵਾਲੀ ਜਾਣੀ ਪਹਿਚਾਣੀ ਪ੍ਰਸਿੱਧ ਅਦਾਕਾਰਾ ਬੇਟੀ ਵਾਈਟ 99 ਸਾਲ ਤੋਂ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਇਸ ਉਮਰ ਵਿੱਚ ਵੀ ਉਹ ਪੂਰੀ ਤਰ੍ਹਾਂ ਸਰਗਰਮ ਸੀ ਤੇ ਉਸਨੇ 97ਵੀਂ ਨੂੰ ਆਪਣਾ 100ਵਾਂ ਜਨਮ ਦਿਨ ਮਨਾਉਣਾ ਸੀ। ਬੈਟੀ ਵਾਈਟ ਨੇ ਆਪਣੇ 100ਵੇਂ ਜਨਮ ਦਿਨ ਨੂੰ ਖਾਸ ਬਣਾਉਣ ਲਈ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਟਵੀਟ ਰਾਹੀਂ ਸੱਦਾ ਦਿੱਤਾ ਸੀ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅੱਜ ਨਵੇਂ ਸਾਲ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ। ਉਹਨਾਂ ਪਰਿਵਾਰਕ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਦਰਸ਼ਨ ਕਰਨ ਉਪਰੰਤ ਉਹਨਾਂ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਆਏ ਹਨ। ਉਹਨਾਂ ਮੀਡੀਆ ਕਰਮੀਆਂ ਨੂੰ ਨਵੇਂ ਸਾਲ ਦੀ ਮੁਬਾਰਕ ਵੀ ਦਿੱਤੀ ਅਤੇ ਉਹਨਾਂ ਨਾਲ ਭਾਜਪਾ ਸਾਂਸਦ ਸ਼ਵੈਤ ਮਲਿਕ ਵੀ ਹਾਜ਼ਰ ਸਨ। ਮੱਥਾ ਟੇਕਣੇ ਆਇਆ ਤੁਹਾਡੇ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈਆਂ ਅਤੇ ਫਿਰ ਅਸੀਂ ਮਿਲਦੇ ਰਹਾਂਗੇ। हाँ जी महाराज की हाल चाल है? ठीक ठाक सर। लाइन ऑफ एक्शन की होएगा बीजेपी? लाइन ऑफ एक्शन सीक द ब्लेसिंग्स ऑफ गुरु महाराज। गुरु महाराज जी दी ब्लेसिंग्स है बट कुछ काफी एक फेर बदल पार्टी छोड़ रहे हैं बहुत सारे लोग ज्वाइन कर रहे हैं बीजेपी नु व्हिच इज गुड न्यूज। आई नो इट्स अ गुड न्यूज बट द टाइम विल कम। टाइम विल कम फॉर बीजेपी? देखो टुडे इज द फर्स्ट डे ऑफ द ईयर एंड मैं समझना मैं पर्सनली आई एम वेरी फॉर्चुनेट कि पहले दिन ऑफ द न्यू ईयर टू कम एंड सीक ब्लेसिंग्स सो लेट अस लीव इट एट दैट फिर मिलेंगे आप मिलते रहेंगे। आई विल कीप कमिंग। पक्की समझ दो कि आने वाले समय में नरेंद्र मोदी जी आ रहे हैं तुसी भी यही पंजाब नु बहुत क्लोजली देखा तुसी इथे इलेक्शन भी लड़े कि पंजाब दी मेन समस्या वा की है मोदी साहब दी फर्स्ट रैली भी ऐलान हो सकदी ने फर्स्ट रैली भी हो रही है। डॉक्टर रघबीर सिंह बंगड़ उप प्रधान ब्लाक कांग्रेस खरड़ कांग्रेस पार्टी नूं हमेशा लई छड गए क्योंकि कांग्रेस विच वर्कर दी कदर नहीं कीती जांदी। कांग्रेस पार्टी विच हमेशा ही परिवारवाद भारू रहा है। सब अपने रिश्तेदारां नूं भैण भरावां नूं घरवाली नूं बेटे नूं अगे रख के उहनां नूं ही हमेशा अगे करदे हन ते वर्कर मेहनत ही करदा रह जांदा है। पिछले 8 ਸਾਲਾਂ ਤੋਂ ਉਹਨਾਂ ਖਰੜ ਸ਼ਹਿਰ ਵਿੱਚ ਪਾਰਟੀ ਲਈ ਜਿੰਨੀ ਸੇਵਾ ਕੀਤੀ ਉਹ ਤੁਸੀਂ ਸਭ ਜਾਣਦੇ ਹੋ ਅਤੇ ਮਿਊਨਿਸਪਲ ਕੌਂਸਲ ਦੀਆਂ ਚੋਣਾਂ ਸਮੇਂ ਵੀ ਉਸ ਦੀ ਟਿਕਟ ਕੱਟੀ ਗਈ ਸੀ ਜਿਸ ਨੂੰ ਤੁਸੀਂ ਭਲੀ ਭਾਂਤ ਜਾਣਦੇ ਹੋ। ਪਾਰਟੀ ਦੀਆਂ ਗਲਤ ਨੀਤੀਆਂ ਘਟੀਆ ਸੋਚ ਹੋਰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸਨ ਜਿਨ੍ਹਾਂ ਨੂੰ ਦੇਖਦੇ ਹੋਏ ਉਹਨਾਂ ਪਾਰਟੀ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਰਵੀ ਸਿੰਘ ਬੰਗੜ ਉਪ ਪ੍ਰਧਾਨ ਬਲਾਕ ਕਾਂਗਰਸ ਖਰੜ ਪਿਛਲੇ 8-9 ਸਾਲਾਂ ਤੋਂ ਕਾਂਗਰਸ ਪਾਰਟੀ ਲਈ ਖਰੜ ਸ਼ਹਿਰ ਵਿੱਚ ਬਹੁਤ ਸੇਵਾ ਕੀਤੀ ਪਰ ਕਾਂਗਰਸ ਪਾਰਟੀ ਦਾ ਜੋ ਅਕਸ ਹੈ ਵੀ ਵਰਕਰ ਦੀ ਕਦਰ ਨਹੀਂ ਕਰਦੀ ਉਸ ਨੂੰ ਦੇਖਦੇ ਹੋਏ ਮੈਂ ਅੱਜ ਕਾਂਗਰਸ ਪਾਰਟੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਰਿਹਾ ਹਾਂ ਕਿਉਂਕਿ ਜਦੋਂ ਮਿਊਂਸੀਪਲ ਕੌਂਸਲ ਦੀਆਂ ਚੋਣਾਂ ਸੀ ਉਸ ਟਾਈਮ ਮੇਰੀ ਟਿਕਟ ਜਾਣ ਬੁੱਝ ਕੇ ਕੱਟੀ ਗਈ
ਅਤੇ ਉਸ ਤੋਂ ਬਾਅਦ ਵੀ ਬਹੁਤ ਸਾਰਾ ਕੁਛ ਇੱਦਾਂ ਦੇਖਣ ਨੂੰ ਮਿਲਿਆ। ਪਰਿਵਾਰਵਾਦ ਭਾਰੂ ਹੈ ਕਾਂਗਰਸ ਪਾਰਟੀ ਵਿੱਚ, ਕਿਉਂਕਿ ਆਪਣੇ ਬੱਚੇ, ਆਪਣੀ ਘਰਵਾਲੀ, ਆਪਣੇ ਭਰਾ, ਇਹਨਾਂ ਨੂੰ ਹੀ ਹਮੇਸ਼ਾ ਅੱਗੇ ਰੱਖਦੇ ਨੇ। ਜੋ ਵਰਕਰ ਗਰਾਊਂਡ ਲੈਵਲ 'ਤੇ ਮਿਹਨਤ ਕਰਦਾ ਹੈ ਉਹ ਹਮੇਸ਼ਾ ਹੀ ਪਿੱਛੇ ਰਹਿ ਜਾਂਦਾ ਹੈ। ਇਸ ਕਰਕੇ ਇਹ ਕੁਝ ਗੱਲਾਂ, ਗਲਤ ਨੀਤੀਆਂ ਅਤੇ ਪਾਰਟੀ ਵਿੱਚ ਬਹੁਤ ਸਾਰੇ ਬੰਦਿਆਂ ਦੀ ਘਟੀਆ ਸੋਚ ਨੂੰ ਦੇਖਦੇ ਹੋਏ ਮੈਂ ਕਾਂਗਰਸ ਪਾਰਟੀ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਰਿਹਾ ਹਾਂ, ਕਿਉਂਕਿ ਜਿੱਦਾਂ ਕਿ 2021 ਗਿਆ ਹੈ, ਮੈਂ ਨਹੀਂ ਚਾਹੁੰਦਾ ਕਿ ਨਵੇਂ ਸਾਲ ਵਿੱਚ ਵੀ ਮੈਂ ਇੱਦਾਂ ਦੀ ਪਾਰਟੀ ਵਿੱਚ ਰਹਾਂ ਜਿਸ ਪਾਰਟੀ ਵਿੱਚ ਕੰਮ ਕਰਨ ਵਾਲੇ ਦੀ ਕਦਰ ਨਹੀਂ ਕੀਤੀ ਜਾਂਦੀ। ਅੱਜ ਨਵੇਂ ਸਾਲ ਦੇ ਮੌਕੇ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਧਾਰੀਵਾਲ ਵਿਖੇ ਰੋਡ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਲੋਕਾਂ ਵੱਲੋਂ ਹਾਰ ਪਾ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਦੱਸਿਆ ਗਿਆ ਹੈ ਕਿ ਧਾਰੀਵਾਲ ਵਿਖੇ ਬਣ ਰਹੇ 6 ਕਿਲੋਮੀਟਰ ਦਾ ਰੋਡ 5 ਕਰੋੜ ਦੀ ਲਾਗਤ ਨਾਲ ਬਣਨ ਜਾ ਰਿਹਾ ਤੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਰੋਡ ਅਸੀਂ ਵਧੀਆ ਤਰੀਕੇ ਨਾਲ ਬਣਾਵਾਂਗੇ। ਅੱਜ ਜਿਹੜਾ ਨਵੇਂ ਸਾਲ ਦੀ ਮੈਨੂੰ ਬਹੁਤ ਵੱਡੀ ਖੁਸ਼ੀ ਇਹ ਹੈ ਕਿ ਸਾ ਚਰਨਜੀਤ ਸਿੰਘ ਚੰਨੀ ਜੀ ਨੂੰ ਚੰਦ ਦਿਨ ਪਹਿਲੇ ਮੈਂ ਰਿਕੁਐਸਟ ਕੀਤੀ ਸੀ ਅਤੇ ਉਹਨਾਂ ਨੇ 5 ਕਰੋੜ ਰੁਪਈਆ ਸਾਡੀ ਐਂਡ ਟੂ ਐਂਡ ਸੜਕ ਜਿਹੜੀ ਬਾਈਪਾਸ ਨੈਸ਼ਨਲ ਹਾਈਵੇ 'ਤੇ ਸ਼ੁਰੂ ਹੋ ਕੇ ਧਾਰੀਵਾਲ ਸ਼ਹਿਰ 'ਚੋਂ ਗੁਜ਼ਰਦੀ ਹੋਈ ਜਿਹੜੀ ਫਿਰ ਦੂਸਰੇ ਪਾਸੇ ਜਾ ਕੇ ਬਾਈਪਾਸ ਇਹਦੇ ਨਾਲ ਮੇਨ ਨੈਸ਼ਨਲ ਹਾਈਵੇ ਨੂੰ ਮਿਲਣੀ ਹੈ ਉਹਦੀ ਮਨਜ਼ੂਰੀ ਦੇ ਦਿੱਤੀ। ਇਹਦੇ ਵਿੱਚ ਇੱਕ ਇੱਥੇ ਲੋਕਲ ਨਾਲਾ ਬਣਨਾ ਅਤੇ ਦੋਨੋਂ ਹੀ ਸਾਈਡਸ ਦੇ ਉੱਤੇ ਸੜਕ ਤੋਂ ਮੁਰੰਮਤ ਤੋਂ ਬਾਅਦ ਇਹਨੂੰ ਨਵੇਂ ਸਿਰੋਂ ਉਸਾਰੀ ਤੋਂ ਬਾਅਦ ਫਿਰ ਇੱਥੇ ਦੋਨੋਂ ਪਾਸੇ ਟਾਈਲ ਲੱਗਣੀ ਹੈ ਜਿਹਨੂੰ ਆ ਕਹਿੰਦੇ ਨੇ ਇੰਟਰਲੋਕਿੰਗ ਟਾਈਲ ਲੱਗੇਗੀ। ਤੋ ਇੱਥੇ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਜਾਏਗਾ। ਇੱਥੇ ਹਰ ਕਿਸਮ ਦਾ ਪ੍ਰਬੰਧ, ਜਿਸ ਕਿਸਮ ਦਾ ਰੋਡ ਫਰਨੀਚਰ ਲੱਗਦਾ ਉਹ ਵੀ ਇੱਥੇ ਕੀਤਾ ਜਾਏਗਾ। ਇਹਦੀ ਖੂਬਸੂਰਤੀ ਵਾਸਤੇ ਜੋ ਜੋ ਚਾਹੀਦਾ, ਗਰਿੱਲ ਵੀ ਲਾਈ ਜਾ ਸਕਦੀ ਹੈ। ਤੋ ਇਹ ਸਾਰੀ ਗੱਲਬਾਤ, ਵਿਸ਼ੇਸ਼ ਤੌਰ ਧਾਰੀਵਾਲ ਸ਼ਹਿਰ ਵਾਲਿਆਂ ਨੂੰ ਮੈਂ ਇਸ ਗੱਲ ਦੀ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਬਾਕੀ ਦੇ ਕੰਮ ਵੀ ਅਸੀਂ ਪਹਿਲ ਦੇ ਆਧਾਰ 'ਤੇ ਤੁਹਾਡੇ ਡਿਵੈਲਪਮੈਂਟ ਦੇ ਆਉਂਦੇ 2-4 ਦਿਨਾਂ ਸ਼ੁਰੂ। ਕਿੰਨੇ ਕਰੋੜ ਲਾਗਤਾਂ ਸਰ ਬਣੇ? ਕਿੰਨੇ ਪੈਸੇ? 5 ਕਰੋੜ ਰੁਪਇਆ ਜੀ। 5 ਕਰੋੜ ਰੁਪਇਆ ਇਹ ਸੜਕ ਵਾਸਤੇ ਮਨਜ਼ੂਰ ਕੀਤਾ ਗਿਆ। ਕੁਝ ਇਹਦੇ ਵਿੱਚੋਂ ਟੈਂਡਰ ਦੇ ਵਿੱਚ ਸੇਵਿੰਗ ਹੋਈ ਹੈ, ਉਹਦਾ ਮਤਲਬ ਜਦੋਂ ਇੱਕ ਰੇਟ ਤੋਂ ਥੱਲੇ ਜਾਂਦਾ ਟੈਂਡਰ, ਜਿਹੜੀ ਉਹਦੇ ਵਿੱਚੋਂ ਸੇਵਿੰਗ ਹੋਈ ਉਹਦੀ ਬੱਚਤ 'ਚੋਂ ਅਸੀਂ ਦੋਨੋਂ ਪਾਸੇ ਇੰਟਰਲੋਕਿੰਗ ਟਾਈਲ ਲਾਵਾਂਗੇ ਅਤੇ ਰੋਡ ਫਰਨੀਚਰ ਲਾਵਾਂਗੇ ਅਤੇ ਇਹਨੂੰ ਖੂਬਸੂਰਤ ਬਣਾਇਆ ਜਾਏਗਾ ਅਤੇ ਟੋਟਲ ਇਹ ਸਾਡੇ 'ਚੋਂ ਨਿਕਾਸ ਦਾ ਕੰਮ ਕਰਵਾਇਆ। ਪਰਮਾਤਮਾ ਹਰ ਆਦਮੀ ਇੰਡੀਪੈਂਡੈਂਟ ਜਿੱਥੇ ਵੀ ਗਏ ਨੇ ਗੁਰੂ ਮਹਾਰਾਜ ਸਾਹਿਬ ਬਖਸ਼ਿਸ਼ ਕਰਨ, ਹਰ ਇਲੈਕਸ਼ਨ ਦੇ ਵਿੱਚ ਆਉਣਾ ਜਾਣਾ ਲੱਗਾ ਰਿਹਾ। ਆਪ ਦੇ 12 MLA ਕਾਂਗਰਸ 'ਚ ਆ ਗਏ 20 'ਚੋਂ, ਆਪਾਂ ਉਹਦੀ ਤਾਂ ਗਿਣਤੀ ਨਹੀਂ ਗਿਣੀ। ਤੋ ਇੱਥੇ ਤਾਂ ਤੁਹਾਨੂੰ ਪਤਾ ਕਿ ਜਦੋਂ ਛਿੰਝ ਹੁੰਦੀ ਹੈ, ਕੋਈ ਭਲਵਾਨ ਜਿੱਤਦਾ ਕੋਈ ਹਾਰਦਾ, ਸਾਰੇ ਭਲਵਾਨ ਆਉਂਦੇ ਛਿੰਝ ਘੁੜਨ। ਇਹਦੇ 'ਚ ਕਿਸੇ ਇਲੈਕਸ਼ਨਾਂ 'ਚ ਰੋਕਿਆ ਨਹੀਂ ਜਾ ਸਕਦਾ। ਪਹਿਲੇ 2 ਪਾਰਟੀਆਂ ਦੇ, ਹੁਣ 4 ਆ ਗਈਆਂ। ਚਾਰਾਂ ਦੇ ਵਿੱਚ ਉਨੇ ਵੱਧ ਕੈਂਡੀਡੇਟ, ਜਿੰਨੇ ਵੱਧ ਹੋਣਗੇ ਉਨੇ ਹੀ ਚੰਗੇ ਨੇ। ਸਿੱਧੂ ਦਾ ਸਵਾਲ ਉੱਠ ਰਿਹਾ ਜੀ, ਸਿੱਧੂ ਜਿੱਦਾਂ ਅਨਾਊਂਸ ਕਰਦਾ ਬੰਦੇ BJP ਜਾ ਰਹੇ ਨੇ, ਉਸ ਤੋਂ ਇਲਾਵਾ ਆਸ਼ੂ ਨੇ ਕੱਲ੍ਹ ਸਵਾਲ ਉਠਾਇਆ ਵੀ ਆਪਣੇ, ਤੁਸੀਂ ਗੱਲ ਮੇਰੀ ਮੇਰੇ ਨਾਲ ਕਰੋ, ਜਿਹੜੀ ਹੋਰ ਕੋਈ ਗੱਲ ਹੈ ਆਪਾਂ ਫਿਰ ਕਿਸੇ ਟਾਈਮ ਕਰਾਂਗੇ। ਅੱਗਾ ਕੀ ਹੁਣ ਲੱਛਣ ਲੜ ਰਹੇ ਹੋ? ਤੁਹਾਡੇ ਭਰਾ ਦੇ ਸਾਹਮਣੇ ਭਰਾ ਲੱਛਣ ਲੜੇਗਾ ਜੀ? ਗੱਲ ਇਸ ਤਰ੍ਹਾਂ, ਭਰਾ ਸਾਹਮਣੇ ਭਰਾ ਲੜਦਾ ਕਿ ਕੌਣ ਲੜਦਾ ਤਾਂ ਪਰਮਾਤਮਾ ਇੱਥੇ ਟਾਈਮ ਹੀ ਦੱਸ। ਪਾਰਟੀਆਂ 'ਤੇ ਡਿਪੈਂਡ ਕਰਦਾ ਜਿਹੜਾ ਜਿੱਥੋਂ ਲੜਨਾ ਕਰਦਾ। ਮੈਂ ਤਾਂ ਕਿਸੇ ਨੂੰ ਹੁਣ ਕੋਈ ਇਹ ਗੱਲ ਕਹਿ ਨਹੀਂ ਸਕਦਾ, ਜਦੋਂ ਕੋਈ ਆਪਣੀ ਇੱਕ ਵੱਖਰੀ ਲਾਈਨ ਲੈ ਗਿਆ, ਉਹਨੇ ਆਪਣਾ ਵੱਖਰਾ ਫੈਸਲਾ ਕੀਤਾ, ਉਹਦੇ ਬਾਰੇ ਉਹਨਾਂ ਦੀ ਪਾਰਟੀ ਜਾਣਨ ਤੇ ਉਹ ਜਾਣਨ। ਗੜਸ਼ੰਕਰ ਦੇ ਬੰਗਾ ਚੌਂਕ ਨੇੜੇ ਸ਼ਹਿਰੀ ਦੇ ਨਾਮੀ ਸ਼ੋਰੂਮ ਦਲਜੀਤ ਇਲੈਕਟ੍ਰੀਕਲ ਨੂੰ ਬੀਤੀ ਰਾਤ ਭਿਆਨਕ ਅੱਗ ਲੱਗਣ ਨਾਲ ਕਰੋੜਾਂ ਦਾ ਨੁਕਸਾਨ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ, ਪਰ ਇੰਨੀ ਭਿਆਨਕ ਸੀ ਕਿ ਅੱਗ ਤੇ ਕਾਬੂ ਪਾਉਣ ਨੂੰ ਕਈ ਘੰਟੇ ਲੱਗ ਗਏ। ਇਸ ਸੰਬੰਧੀ ਦੁਕਾਨ ਦੇ ਮਾਲਕ ਜਗਪ੍ਰੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਗੜਸ਼ੰਕਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਦੇਰ ਰਾਤ ਨੂੰ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਜਦੋਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਸਾਰੇ ਸ਼ੋਰੂਮ ਨੂੰ ਅੱਗ ਦੀ ਆਪਣੀ ਚਪੇਟ ਵਿੱਚ ਲੈ ਲਿਆ ਸੀ। ਕੱਲ੍ਹ ਦੇਰ ਸ਼ਾਮ ਲਗਭਗ 10:15 ਦੇ ਕਰੀਬ ਇੱਥੇ ਦਲਜੀਤ ਇਲੈਕਟ੍ਰਿਕ ਕੰਪਨੀ, ਇਹਨਾਂ ਦੇ ਮਾਲਕ ਇੱਥੇ ਖੜ੍ਹੇ ਨੇ ਜੀ, ਸਰਦਾਰ ਜਗਜੀਤ ਸਿੰਘ ਜੀ। ਸੋ ਇੱਥੇ ਕੁਛ ਕਿਸ ਕਾਰਨਾਂ ਕਰਕੇ ਭਿਅੰਕਰ ਅੱਗ ਦੀ ਘਟਨਾ ਹੋਈ ਹੈ, ਕਾਰਨ ਹਾਲੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਏ ਨੇ, ਬਟ ਇੱਥੇ ਜੋ ਮੌਕਾ ਮੁਲਾਜ਼ਾ ਕੀਤਾ ਗਿਆ ਅਤੇ ਕਾਫੀ ਨੁਕਸਾਨ ਹੋਇਆ। ਰਾਤੀ ਜਦੋਂ ਇਸ ਚੀਜ਼ ਦੀ ਨਿਊਜ਼ ਮਿਲੀ ਹੈ ਅਤੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ ਸੀ, ਜੋ ਕਿ ਲਗਭਗ 20 ਤੋਂ ਜ਼ਿਆਦਾ ਗੱਡੀਆਂ ਇੱਥੇ
पाइया जो पानी के कैमिकल्स के नाल अग पर काबू पाया गया ताकि आले दुआले भी इस चीज़ का कोई नुकसान ना हो। हुण असी जिहड़ा मौका मुलाजा किया तो इसकी जिहड़ी रिपोर्ट है तुरंत ही जिहड़ियां हायर अथॉरिटीज़ नूं असी भेजण जा रहे हैं। ते अग राती काफ़ी झंझट लगी हुई सी ते सवेरे भी अग मुड़ के उठ गई सी। तो हुण मैं मौका मुलाजा किया हैगा ते रिपोर्ट बना के तुरंत ही असी भेजांगे ते जो गवर्नमेंट वालों उपरों हायर अथॉरिटीज़ तो मुआवजा इस चीज़ का मंजूर होगा वह नियमों मुताबक असी दे देंगे। पट्टी मोड़ दे गुरद्वारा बाबा चरण दास जी गुरद्वारा विखे बाबा झाड़ साहिब वाले बाबा तारा सिंह जी वालों निहंगा सिंह नाल वड्डे पद्धर ते इकत्थर हो के रात समय गुरद्वारा साहिब ते कब्जा कर लिया गया। दस दईए कि इस कब्जे दौरान निहंगा सिंघां वालों गुरद्वारा साहिब अंदर रहिंदे कुछ परिवारों नूं भी बंधक बना के लै गए सन अते रात समय कब्जाधारियों वालों गोलियां भी चलाईयां गईयां जिसकी सीसीटीवी फुटेज भी सामने आई है। गुरद्वारा बाबा चरण दास जी विखे इस तो पहला बाबा लखा सिंह इस गुरद्वारे की सेवा निभा रहे सन अते उन्हां दी कुछ महीने पहला ही मौत हो गई सी। जी झाड़ साहब वाले आ बाबा तारा सिंह ते काफी लंबे समय तो इत्थे कब्जा करन दी नीयत नाल आउंदे आ। किथे किस की किस स्थान दा नां की पूरा दसो ना सारा। इस स्थान दा नां गुरद्वारा बाबा चरण दास जी। अच्छा जी। पट्टी मोड़। पट्टी मोड़ चूसलेवड़। ते तुसी कदों दे इत्थे रहिंदे जी? ਮੈਨੂੰ ਇੱਕ ਸਾਲ ਹੋ ਗਿਆ ਪਹਿਲਾਂ ਵੱਡੇ ਬਾਬਾ ਜੀ ਬਾਬਾ ਤਾਰਾ ਸਿੰਘ ਜੀ ਪੂਰੇ ਹੋਣ ਤੋਂ ਬਾਅਦ ਮੈਂ ਇੱਥੇ ਆਇਆ ਮੈਨੂੰ ਇੱਕ ਸਾਲ ਹੋ ਗਿਆ ਇੱਥੇ ਆਇਆ। ਤੇ ਕੀ ਘਟਨਾਕ੍ਰਮ ਵਾਪਰਿਆ ਹੈ ਰਾਤ ਜਾਂ ਇਸ ਤੋਂ ਪਹਿਲਾਂ? ਇਸ ਤੋਂ ਪਹਿਲਾਂ ਵੀ ਕਈ ਵਾਰ ਹਥਿਆਰਬੰਦ ਲੋਕਾਂ ਨੂੰ ਲੈ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹੈ। ਆਪਣੇ ਕੋਲ ਫੁਟੇਜ ਵੀਡੀਓ ਉਹਨਾਂ ਦੀਆਂ ਫੋਟੋਆਂ ਹਰ ਇੱਕ ਚੀਜ਼ ਹੈਗੀ ਹੈ ਆਪਣੇ ਕੋਲ ਅਤੇ ਰਾਤ ਵੀ 2:45 'ਤੇ ਆਏ ਆ ਉਹਦੀ ਵੀ ਵੀਡੀਓ ਹੈਗੀ ਹੈ ਆਪਣੇ ਕੋਲ। ਹਥਿਆਰਬੰਦ ਲੈ ਆਏ ਆ 150-200 ਲੋਕ ਹੋਣੇ ਆ ਹਰ ਇੱਕ ਦੀ ਫੋਟੋ ਵੀਡੀਓ ਸਭ ਕੁਛ ਹੈਗਾ ਆ ਆ ਕੇ ਉਹਨਾਂ ਸਿੱਧੇ ਫਾਇਰ ਕਰਨਾ ਸ਼ੁਰੂ ਕਰ ਦਿੱਤਾ। ਹੁਣ ਜਿਹੜੀ ਅੰਦਰ ਦੇ ਹਾਲਾਤ ਨੇ ਗੁਰਦੁਆਰੇ ਅੰਦਰ ਅਸੀਂ ਕਹਿਣਾ ਚਾਹੁੰਦੇ ਜੀ ਇਸ ਘਟਨਾ ਕਰਨ ਕੀ ਨਾਂ ਕੀ ਤੁਹਾਡਾ ਜੀ? ਮੈਂ ਨਾਂ ਜੀ ਬਿਰਾਦਰ ਜਿੰਦਰ ਸਿੰਘ ਆ। ਕਿੱਥੇ ਕਿਹੜੇ ਪਿੰਡ ਸਰਪੰਚ ਜੀ ਤੁਸੀਂ? ਗੋਪਾਰਾ ਪਿੰਡ ਦਾ ਮੈਂ ਸਰਪੰਚ ਆ। ਕੀ ਕਹਿਣਾ ਚਾਹੁੰਦੇ ਜੀ? ਕਹਿਣਾ ਇਹੋ ਚਾਹੁੰਦੇ ਆ ਜੀ ਗੁਰਦੁਆਰੇ ਸਾਹਿਬ ਜਿਹੜਾ ਰਾਤ ਧੱਕਾ ਹੋਇਆ ਵਾ ਇਹ ਪ੍ਰਸ਼ਾਸਨ ਦੀ ਸਾਰੀ ਸਲਾਹ ਦੇ ਨਾਲ ਇਹ ਨਜਾਇਜ਼ ਗੁਰਦੁਆਰੇ ਕਬਜ਼ਾ ਕਰਾਇਆ ਗਿਆ। ਰਾਤ ਅੰਨੇ ਵਾ ਗੋਲੀ ਚੱਲੀ ਆ ਇੱਕ ਬੰਦੇ ਨੂੰ ਜਿਹੜਾ ਮਰਨਾਊ ਕਰਕੇ ਸੱਟਾਂ ਲਾਈਆਂ ਵੱਡੀਆਂ ਕਿਰਪਾਨਾਂ ਮਾਰੀਆਂ ਉਹਦੇ ਜਿਹੜੇ ਸੱਤ ਜੀ ਆ ਧਰਮਸੋ ਦੇ ਉਹਦਾ ਪਰਿਵਾਰ ਸਮੇਤ ਸੱਤ ਜੀ ਰਾਤ ਦੇ ਚੁੱਕੇ ਆ ਕਿਡਨੈਪ ਕੀਤੇ ਆ ਨਾ ਸਰਵਾਈ ਤੇ ਉਹ ਮਿਲੇ ਆ ਤੇ ਨਾ ਇਹ ਇਹ ਵੀ ਹੁਣ ਬੰਦਾ ਨੇ ਕਿਤੇ ਦਾਖਲ ਕਰਾਇਆ ਚੋਰੀ ਖਹਿਰਾ ਹਸਪਤਾਲ ਉਲਟੋਏ ਉੱਥੋਂ ਅਸੀਂ ਚੋਰੀ ਚੁੱਕੇ ਜਾਂਦਾ ਤੇ ਵੱਡਿਆਂ ਟੁੱਕਿਆ ਸਵੇਰ ਦੀ ਪੁਲਿਸ ਕਹੀ ਜਾਂਦੀ ਕਿਸੇ ਨੂੰ ਸੱਟ ਨਹੀਂ ਲੱਗੀ ਕੋਈ ਬੰਦਾ ਕਿਡਨੈਪ ਨਹੀਂ ਹੋਇਆ। ਤੁਸੀਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਜੇ ਤੁਸੀਂ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਰਹੇ ਕਿ ਜਾਂ ਅਜੇ ਫਿਲਹਾਲ ਨਾਲ ਜੀ? ਬਿਲਕੁਲ ਜੀ ਸਾਡੀ ਸਵੇਰ ਦੀ ਕਿਸੇ ਪਾਰਟੀ ਨੇ ਸਾਰ ਨਹੀਂ ਲਈ ਅਸੀਂ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਜਿੰਨਾ ਚਿਰ ਸਾਡੇ ਗੁਰਦੁਆਰਾ ਮਸਲਾ ਹੱਲ ਨਹੀਂ ਸਾਨੂੰ ਜਿਹੜਾ ਆਜ਼ਾਦ ਨਹੀਂ ਕਰਵਾਇਆ ਜਾਂਦਾ ਕੋਈ ਪਾਰਟੀ ਸਾਡਾ ਕੋਈ ਮਤਲਬ ਨਹੀਂ। ਠੀਕ ਹੈ ਜੀ। ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਪੰਜਾਬ ਸਰਕਾਰ ਵੱਲੋਂ 2500 ਰੁਪਏ ਮਾਨ ਭੱਤਾ ਤੇ 5 ਲੱਖ ਰੁਪਏ ਦਾ ਬੀਮਾ ਦਿੱਤਾ ਗਿਆ। ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਆਸ਼ਾ ਵਰਕਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਉਹਨਾਂ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਜਿਸ 'ਤੇ ਪੰਜਾਬ ਸਰਕਾਰ ਵੱਲੋਂ ਥੋੜ੍ਹੀਆਂ ਹੀ ਸਹੀ ਸਾਡੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਜਿਸ ਵਿੱਚ ਸਾਨੂੰ 2500 ਰੁਪਏ ਮਹੀਨਾ ਮਾਨ ਪੱਤਾ ਅਤੇ 5 ਲੱਖ ਰੁਪਏ ਦਾ ਬੀਮਾ ਦਿੱਤਾ ਗਿਆ ਹੈ। ਹਾਂਜੀ, ਪਹਿਲਾਂ ਤਾਂ ਮੈਂ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੀ ਹਾਂ ਜੀ। ਸਾਡੇ ਸੀਨੀਅਰ ਔਫਿਸਰ ਔਰ ਪੰਜਾਬ ਸਰਕਾਰ ਦੇ ਚਰਨਜੀਤ ਸਿੰਘ ਚੰਨੀ ਜੀ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ ਜਿਨ੍ਹਾਂ ਨੇ ਸਾਡੀ ਸਾਨੂੰ 12 ਸਾਲਾਂ ਤੋਂ ਅਸੀਂ ਸਾਡੀ ਕਿਸੇ ਸਰਕਾਰ ਨੇ ਨਹੀਂ ਸੁਣੀ ਸੀ ਜੀ, ਜਿਨ੍ਹਾਂ ਨੇ ਅੱਜ ਸਾਨੂੰ ਬਹੁਤਾ ਨਹੀਂ ਥੋੜ੍ਹਾ ਸਾਨੂੰ ਮਾਣ ਭੱਤਾ ਲਾਗੂ ਕੀਤਾ ਜੀ, ਅਸੀਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਬਾਕੀ ਸਾਡੇ ਮਾਨਸਾ ਦੇ ਵਿੱਚ SMO ਸਾਹਿਬ ਸਰਦਾਰ ਹਰਚੰਦ ਸਿੰਘ ਜੀ ਨੇ ਸਾਡੇ ਲਈ ਸਪੈਸ਼ਲ ਅੱਜ ਟਾਈਮ ਲਿੱਤਾ, ਸਾਨੂੰ ਇੰਨਾ ਜ਼ਿਆਦਾ ਮਾਣ ਬਖਸ਼ਿਆ, ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜੀ। ਜੋ ਆਸ਼ਾ ਵਰਕਰਾਂ ਨੇ ਇਹ ਡੋਰ ਟੂ ਡੋਰ ਜਾ ਕੇ ਜਿਵੇਂ ਵੈਕਸੀਨੇਸ਼ਨ ਸੈਂਪਲਿੰਗ ਅਤੇ ਕਰੋਨਾ ਫਤਿਹ ਕਿੱਟਾਂ ਦੇ ਵਿੱਚ ਇਹਨਾਂ ਦਾ ਯੋਗਦਾਨ ਰਿਹਾ ਹੈ ਅਤੇ ਹੁਣ ਸਰਕਾਰ ਨੇ ਜੋ ਇਹਨਾਂ ਨੂੰ ਬਣਦਾ ਹੁਣ ਮਾਣ ਭੱਤਾ ਦਿੱਤਾ ਹੈ ਜਿਸ ਵਿੱਚ ਇਹਨਾਂ ਨੂੰ 2500 ਰੁਪਏ ਮਹੀਨਾ ਇਹਨਾਂ ਦੀ ਸੈਲਰੀ ਫਿਕਸ ਕੀਤੀ ਹੈ ਅਤੇ 2500 ਰੁਪਏ ਇਹਨਾਂ ਨੂੰ ਕੋਵਿਡ ਵੈਕਸੀਨੇਸ਼ਨ ਦਾ ਦਿੱਤਾ ਹੈ ਅਤੇ ਇਹ ਇਸ ਤਰ੍ਹਾਂ ਹੀ ਤਨ ਨਾਲ ਇਹ ਕੰਮ ਕਰਦੇ ਰਹਿਣਗੇ ਆਸ਼ਾ ਵਰਕਰ। ਹਾਂਜੀ, ਅਸੀਂ ਸਭ ਤੋਂ ਪਹਿਲਾਂ ਸਾਡੀ ਸਾਰੀ ਮਾਨਸਾ ਦੀਆਂ ਸੂਬਾ ਪ੍ਰਧਾਨ ਵੱਲੋਂ ਸੂਬਾ ਪ੍ਰਧਾਨ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਜਿਨ੍ਹਾਂ ਨੇ ਸਾਡੀ ਜਿੱਤ ਕਰਵਾਈ ਆ, ਮੂਹਰੇ ਲਾ ਕੇ ਸਾਡੀ ਅਗਵਾਈ ਕੀਤੀ ਆ। ਉਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਹਾਂ ਸਾਡੀ ਪੰਜਾਬ ਸਰਕਾਰ ਦਾ, ਚੰਨੀ ਸਰਕਾਰ ਦਾ, ਜਿਨ੍ਹਾਂ ਨੇ ਸਾਨੂੰ 2500 ਰੁਪਇਆ ਦੇ ਕੇ ਸਾਨੂੰ ਮਾਣ ਬਖਸ਼ਿਆ। ਉਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਮਾਨਸਾ ਦੇ SMO ਸਰ ਡਾਕਟਰ ਹਰਚਰਨ ਜੀ ਦਾ, ਜਿਨ੍ਹਾਂ ਨੇ ਸਾਡੇ ਲਈ ਅੱਜ ਨਵੇਂ ਸਾਲ 'ਤੇ ਪ੍ਰੋਗਰਾਮ ਰੱਖਿਆ ਅਤੇ ਸਾਨੂੰ ਇੱਥੇ ਸਨਮਾਨਿਤ ਵੀ ਕੀਤਾ। ਅਸੀਂ ਸਾਡੀ ਸਾਰੀਆਂ ਹੀ ਆਸ਼ਾ ਵਰਕਰ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਅਸੀਂ ਸਾਡੀ ਆਸ਼ਾ ਵਰਕਰਸ, ਸਾਡੇ ਪ੍ਰਧਾਨ ਮਾਨਸਾ ਦੇ ਬਲਵਿੰਦਰ ਕੌਰ ਜੀ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਮੂਹਰੇ ਲਾ ਕੇ ਸਾਡੀ ਅਗਵਾਈ ਕੀਤੀ ਹੈ।
हर साल की तरह सचखंड वासी संत बाबा सरूप सिंह जी की मिठी और निघी याद में नवे साल की आमद गुरुद्वारा यादगार धन धन बाबा दीप सिंह जी शहीद पिंड सोलखिया विखे गुरमत समागम करवाया गया। समागम दौरान तीन दिनों तो चल रहे श्री अखंड पाठ साहब के भोग भी पाए गए। उपरंत पंथ प्रसिद्ध रागी ढाडी के कीर्तनी जत्थियों वालों संगतों को गुरु जस सुना के निहाल किया गया। वाहिगुरू जी का खालसा, वाहिगुरू जी की फतेह। अज गुरद्वारा यादगार धन धन बाबा दीप सिंह जी शहीद सोलखियां रोपड़ विखे धन सतगुरु साहिब श्री गुरु ग्रंथ साहिब महाराज जी की छत्र छाया हेठ अते संत बाबा सरूप सिंह जी उन्हां दी सपुत्री बीबा कमलजीत कौर जी की रहनुमाई हेठ सचखंड वासी श्रीमान संत बाबा सरूप सिंह जी की याद विच महान गुरमत समागम करवाए गए, जिस विच संत महापुरश रागी ढाटी कथावाचकों ने आईया संगतां नूं गुरु घर के कीर्तन के नाल जोड़िया ते महापुरशां दे जीवन प्रति चानना पाया। सो इस स्थान के मुख प्रबंधक बीबा कमलजीत कौर वालों आईया देश विदेश दियां गुरसिख संगतां दा तह दिलों धन्नवाद। वाहिगुरू जी का खालसा, वाहिगुरू जी की फतेह। आम आदमी पार्टी वालों फाजिलका तो नरेंद्रपाल सवना नूं अपना उम्मीदवार लाने जाने तो बाद फाजिलका तो हलका इंचार्ज नियुक्त किए गए। पार्टी के नेता ते 2017 विधानसभा चोणां ते फाजिलका तो उम्मीदवार समरबीर सिंह सिद्धू अते उन्हां दे समर्थकां ने रोस जताया है। समरबीर सिंह सिद्धू वालों अपने घर समर्थकों नाल कीती गई एक मीटिंग दौरान कहा गया कि उन्होंने बहुत वड्डा धोखा किया गया है। उन्होंने कहा कि जेकर उन्होंने फाजिलका तो उम्मीदवार नहीं बनाना सी तां पार्टी ने उन्होंने हलका इंचार्ज क्यों नियुक्त किया। जिवें कि तुसीं सारे ही जानते हो कल पार्टी ने फाजिलका की टिकट का फैसला किया है, जो कि मेरे नाल मेरी टीम नाल बहुत वड्डा धोखा है। उहदे संबंध में असीं अज एक वर्कर मीटिंग कॉल की। धोखा किस चीज़ का तुहाडे नाल होया? देखो जी, जो किसी इलैक्शन के नेड़े हलका इंचार्ज लाया जाता है वह सियासी तौर पर मतलब यही होंगे भी उसने इलैक्शन लड़ना, जो कि सानू जिन्हें भी इन्हें ऑब्जरवर सानू यही गल कहते हैं भी तुम इलैक्शन की तैयारी करो, साढ़े तो खर्चा भी उस हिसाब ना कराया, साड़ी पूरी असी घर घर जाके प्रचार किया इस गल का, बोनर बैनर पोस्टर सब साडे लगते, सारा कुछ साढ़े तो ही हों, सारा कुछ असी टीम खड़ी कर रहे थे आपकी सारे थावान से हलका इंचार्ज ने टिकट देती है फाजिलका ही क्यों? सो ये बहुत वड्डा धोखा है साढ़े नाल। मैनू बिल्कुल दुख नहीं होना सीगा, मैंने बिल्कुल गुस्सा नहीं किसी गल का जो मैंने हलका इंचार्ज ही ना लाते, पर हलका इंचार्ज ला के जब एन नज़दीक पहुँच के अब मेरे पिछले पौड़ी खिंच ली, सारी गलबात हुई है जी, बिल्कुल मैं सारा मिले, मेरी किसी गल का उन्होंने जवाब नहीं है। वो एक क्लीयर गल कहें भी बरादरी तौर पर असी सीट बदल रहे हैं, हालांकि बरादरी की वोट जलालाबाद सब तो ज़्यादा गुरु हरसाज जिनी फाजिलका जो उन्हें गुरु हरसाज के है गुरु हरसाज को हलका इंचार्ज ही नहीं लगे, जो चाहते तो उत्थे भी एडजस्ट किया जाते, पर यह बहुत वो साजिश है, यदि आने वाले दिनों पर्दाफाश करा, ये लोग फैसला करेंगे। जे बरादरी वाद ना की चीज़ को फाजिलका दे विच हुंदी तां पिछली वारी दा नतीजा बहुत फर्क आना सी, जो आया वो नतीजा नहीं होना सी, बहुत फर्क आना सी। मेरे लिए इस टाइम मेरे वर्कर फाजिलका दे लोग मेरे लिए महत्वपूर्ण है, जो फैसला करनगे मैनूं मिलेगा। असी एक शहर दे विच जनसभा का आयोजन करन दी सोचदे हां 3 तरीक नूं, इहदा समां ते स्थान हुण समय दसदे हां। नवे साल की आमद ते नगर कौंसल खरड़ के मजदूरों और ड्राइवरों वालों दुध ते बिस्कुटां का लंगर लगाया गया। प्रबंधकों ने कहा कि यह लंगर सब ने इकट्ठे होकर लगाया है। इस मौके परवीन गोल्डी, सत्ता, कुलविंदर, भीम, बिक्रम, छोटा गोल्डी, गुरजीत, गुरजंट, कीर्त, संदीप, अशोकी, फिड्डा, विका ने इकट्ठे होकर इस लंगर की सेवा निभाई। बीते दिन बटाला पुलिस के अधीन पैंदे कस्बा घुमाण विखे 1,000 रुपए के लैंड देन नूं लैके 22 साल नौजवान अजय कुमार का तेज धार हथियारों नाल कतल कर दिता गया सी। पुलिस ने 2 लोगों उत्ते कतल का केस भी दर्ज कर दिता सी, पर मृतक के परिवारक मैंबरां ने अज कस्बा घुमाण के चौंक विच मृतक दे रख के पुलिस प्रशासन के खिलाफ चक्का जाम करके रोस प्रदर्शन किया गया। अज अज घुमाण चौक दे विच लाश रख के धरना प्रदर्शन किया जा रहा। कल शरेआम ही नौजवान नूं घर दे विचों सद के ते वीले दे घुमाण दे मुंडे आ, वीले दा मुंडा ते शरेआम ही उहदा कतल कर दिता जांदा वा। पंजाब दे विच कोई कानून नां दी चीज़ नहीं आ, गुंड हौसले एडे गुंडिया ने हौसले बुलंदा कोई सरकार का कोप नहीं आ। शरेआम ही बंब ब्लास्ट हो रहे पंजाब दे विच,
ਲੁੱਟਾਂ ਖੋਹ ਰਹੀਆਂ, ਕਤਲੇਆਮ ਕੀਤੇ ਜਾ ਰਹੇ ਆ, 4000 ਰੁਪਏ ਦੀ ਕੋਈ ਲੈਣ ਦੇਣੀ रागी जथियां वल्लों कीर्तन करके संगतां नूं गुरु घर नाल जोड़िया गया। इस मौके साबका मंत्री साधु सिंह धर्मसोत ने हाजरी लगवाई ते सारे एमसी ते राजनीतिक लोकां ते शहर वासियां ने गुरु ग्रंथ साहिब जी के दर्शन किए थे। इस मौके गुरु के लंगर अतुट वरताए गए। हर साल की तरह म्यूनसिपल कमेटी के तेईव अज अखंड पाठ साहब के भोग पाए ने। नवे साल वाले दिन कहते गुरु के चरणों में बैठ के पूरी संगत ने आनंद माणिया और मैं अपने वालों अपने परिवार वालों नाभे हल्के के लोगों वालों अज के इस मुबारक दिन से लख लख बधाई पेश करता। गुरु कृपा करे कि सारा साल ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ, ਰੱਬ ਰਾਖਾ। ਸੋ ਇੱਕ ਵਾਰੀ ਫਿਰ ਮੇਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ।